ਹਾਂਜੀ ਉਹ 2 ਮਿੰਟ ਰੁਕ ਕੇ ਪਹਿਲਾਂ ਕਰ ਲਓ ਗੋਲਡ ਵਾਲੇ ਤਾਂ ਸੈਪਰੇਟ ਕਾਨਫਰੰਸ ਵੀ ਕਰ ਰਹੇ ਸਨ ਉਸਦੀ ਨਾ ਹਾਂਜੀ ਪ੍ਰੈਸ ਕਾਨਫਰੰਸ ਰੱਖੀ ਹੈ ਦੋ ਨਾਈਜੀਰੀਅਨ ਜਿਹੜੇ ਹੈਗੇ ਉਹ ਪੁਲਿਸ ਦੀ ਨਾਕਾਬੰਦੀ ਦੌਰਾਨ ਅੱਜ ਫੜੇ ਗਏ ਹੈ ਜਿਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਏ ਕੇ ਵਿਨਸੈਂਟ ਔਰ ਦੂਜੇ ਦਾ ਨਾਮ ਹੈ ਜੌਨ ਨਵੀਨੇ ਇਹਨਾਂ ਦੋਨਾਂ ਨੂੰ ਫੜਿਆ ਸੀ ਤਾਂ ਇਹਨਾਂ ਨੇ ਮਤਲਬ ਕਿ ਉਹ ਕੁਛ ਬੈਗਸ ਹੁੰਦੇ ਆ ਮੌਕੇ 'ਤੇ ਉਹਨਾਂ ਨੂੰ ਫੜ ਕੇ ਮੌਕੇ 'ਤੇ ਆਪਣੇ ਡੀ ਐੱਸ ਪੀ ਇਨਵੈਸਟੀਗੇਸ਼ਨ ਉਹਨਾਂ ਨੂੰ ਵੀ ਉੱਥੇ ਬੁਲਾਇਆ ਗਿਆ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਚੈਕਿੰਗ ਹੋਈ ਹੈ ਔਰ ਜਿਹੜੀ ਇਹ ਮਤਲਬ ਕਿ ਰਿਕਵਰੀ ਹੋਈ ਤਾਂ ਆਈਸ ਡਰੱਗ ਵੀ ਜਿਹੜਾ ਹੈ ਬੇਸਿਕਲੀ ਇਟਸ ਅ ਪਾਰਟੀ ਡਰੱਗ ਹੈ ਬੇਸਿਕਲੀ ਮੈਥੈਂਫੇਟਾਮੀਨ ਹੈ ਔਰ ਇੱਕ ਬਹੁਤ ਹੀ ਸਟਰੋਂਗ ਇੱਕ ਅਰਾਊਜ਼ਲ ਡਰੱਗ ਹੈ ਐਂਡ ਅਪਾਰਟ ਫਰੋਮ ਦੈਟ ਵੈਸੇ ਜਿਹੜਾ ਆਪਣਾ ਕੰਟੈਕਟ ਹੈ ਸਪਲਾਈ ਨੈਟਵਰਕ ਹੈ ਉਹ ਸਾਰਾ ਪੁੱਛਗਿੱਛ ਦੇ ਦੌਰਾਨ ਅਸੀਂ ਉਹ ਕਰਾ ਸਰ ਇਹ ਕਿੱਧਰੋਂ ਆ ਰਹੇ ਸੀ ਲੈ ਕੇ ਇਹ ਸਰ ਆਪਣਾ ਜਿਹੜਾ ਨੀਲੋ ਪੁਲ ਤੋਂ ਜਦੋਂ ਅਸੀਂ ਲੁਧਿਆਣੇ ਵੱਲ ਜਾਂਦੇ ਹਾਂ ਉਸ ਡਾਇਰੈਕਸ਼ਨ ਵਿੱਚ ਬਿਗ ਫਿਸ਼ ਡਰੱਗ ਪੈਡਲਰ ਕਹਿ ਸਕਦੇ ਹਾਂ ਬਿਕੋਜ਼ ਇਹਦੇ ਵਿੱਚ ਹੀਰੋਇਨ ਤਾਂ ਚਲੋ ਵੈਸੇ ਵੀ ਆਪਣੇ ਸੀਜ਼ਰਸ ਹੋਏ ਹੈ ਬਟ ਇਸ ਕੇਸ ਦੇ ਵਿੱਚ ਇੰਪੋਰਟੈਂਟ ਹੈ ਕਿ ਆਈਸ ਦਾ ਜਿਹੜਾ ਇਹ ਕਿਲੋ ਦਾ ਸੀ ਦੱਸ ਦਿੰਦਾ ਵੈਸੇ ਇਹ ਸਰ ਸਿਰਫ ਇਨਫੋਰਮੇਸ਼ਨ ਵਾਸਤੇ ਹੈ ਜੀ ਸਰ ਜੀ ਤਾਂ ਸਾਨੂੰ ਨੌਲੇਜ ਵਾਸਤੇ ਹੈ ਸਰ ਬਸ ਮਤਲਬ ਕਿ ਕਨਫਰਮ ਹੀ ਕਰਨਾ ਪਏਗਾ ਬਟ ਮਤਲਬ ਇੰਡੀਅਨ ਪ੍ਰਾਈਸ ਜਿਹੜੀ ਹੈ ਤੁਸੀਂ ਮੰਨ ਕੇ ਚਲੋ 1500 ਤੋਂ ਲੈ ਕੇ 2500 ਤੱਕ ਦਾ ਪ੍ਰਾਈਸ ਹੁੰਦਾ ਹੈ ਬਟ ਪਲੀਜ਼ ਦਿਸ ਇਜ਼ ਜਸਟ ਮਤਲਬ ਮੈਂ ਇਸ ਗੱਲ ਨੂੰ ਕਨਫਰਮ ਹਜੇ ਤਾਂ ਅਸੀਂ ਇਹਨਾਂ ਨੂੰ ਫੜ ਕੇ ਇਹਨਾਂ ਦੀ ਮਤਲਬ ਜਮ੍ਹਾਂ ਤਲਾਸ਼ੀ ਲਿੱਤੀ ਹੈ ਔਰ ਐੱਫ ਆਈ ਆਰ ਦਰਜ ਕੀਤੀ ਹੈ ਇਹਨਾਂ ਦੀ ਪੂਰੀ ਜਿਹੜੀ ਔਰ ਬਾਕੀ ਵੀ ਇਹਨਾਂ ਦੇ ਪਾਸਪੋਰਟਸ ਔਰ ਇਹਨਾਂ ਦਾ ਜਿਹੜਾ ਮਤਲਬ ਕਿ ਹੋਣੇ ਰਹਿੰਦੇ ਹੈ ਔਰ ਦੋਨਾਂ ਦੀ ਉਮਰ ਵੀ ਤਕਰੀਬਨ ਸੇਮ ਹੈ 34-35 ਸਾਲ ਦੀ ਉਮਰ ਹੈ ਦੋਨਾਂ ਦੀ ਤੁਸੀਂ ਕਹਿ ਸਕਦੇ ਹੋ ਕਾਇੰਡ ਆਫ ਯੰਗਸਟਰਸ ਹੀ ਕਹਿ ਸਕਦੇ ਹੋ ਔਰ ਫੋਟੋ ਆਉਂਦੀ ਨਹੀਂ ਯਾਰ ਔਰ ਬੈਕ ਸਾਈਡ ਇੱਕ ਮਿੰਟ ਖੜ ਜਾਓ ਜਾਂਟੀ ਨੂੰ ਫਸਣਾ ਜਾਂਟੀ ਦੇ ਉਹ ਇੱਥੇ ਪੁੱਛ ਵੀ ਜਲਦੀ ਸਾਰੀ ਪਰੇ ਹੋ ਮਾਰਨਿੰਗ ਦੇ ਵਿੱਚ ਨੀਲੋ ਪੁਲ ਬੱਸ ਸਟੈਂਡ ਦੇ ਸਾਹਮਣੇ ਇੰਸਪੈਕਟਰ ਮਨਜੀਤ ਸਿੰਘ SHO ਸਮਰਾਲਾ ਸਬ ਇੰਸਪੈਕਟਰ ਆਕਾਸ਼ ਦਾ ਤੇ SI ਬਲਜਿੰਦਰ ਸਿੰਘ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ ਜਿਸ ਨਾਕੇ ਤੋਂ ਦੋ ਨਾਈਜੀਰੀਅਨਸ ਜਿਹੜੇ ਆ ਚੈਕਿੰਗ ਦੌਰਾਨ ਮਤਲਬ ਕਿ ਰੋਕੇ ਗਏ ਔਰ ਰੋਕ ਕਰਕੇ ਉਹਨਾਂ ਦੇ ਜਿਹੜੇ ਬੈਗ ਸੀਗੇ ਉਹ ਚੈੱਕ ਕੀਤੇ ਗਏ ਹੈ ਤਾਂ ਇੱਕ ਨਾਈਜੀਰੀਅਨ ਤੋਂ 1 ਕਿਲੋ ਹੀਰੋਇਨ ਦੂਜੇ ਨਾਈਜੀਰੀਅਨ ਤੋਂ 1 ਕਿਲੋ ਆਈਸ ਡਰੱਗ ਬਰਾਮਦ ਕੀਤਾ ਗਿਆ ਜਿਹੜੇ ਦੋਨੋਂ ਨਾਈਜੀਰੀਅਨਸ ਹੈ ਇਹਨਾਂ ਦੀ ਉਮਰ ਤਕਰੀਬਨ 34-35 ਸਾਲ ਦੀ ਹੈ ਇਹ ਇਹਨਾਂ ਦੀ ਨੈਸ਼ਨੈਲਿਟੀ ਜਿਹੜੀ ਹੈਗੀ ਨਾਈਜੀਰੀਅਨ ਹੈ ਇਹ ਰਹਿਣ ਵਾਲੇ ਹੈ ਵੈਸਟ ਸਟੇਟ ਨਾਈਜੀਰੀਆ ਦੇ ਕਰੰਟਲੀ ਇਹ ਦੁਆਰਕਾ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਰਹਿ ਰਹੇ ਹੈ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਉਸ ਤੋਂ ਇਲਾਵਾ ਇਹ ਉੱਦਾਂ ਵੀ ਆਪਣੇ ਖੰਨਾ ਡਿਸਟ੍ਰਿਕਟ ਦੇ ਵਿੱਚ ਵੀ ਔਰ ਉੱਦਾਂ ਵੀ ਆਈ ਥਿੰਕ ਕਿ ਆਪਣੀ ਆਈਸ ਦੀ ਇੱਕ ਬਹੁਤ ਵੱਡਾ ਇੱਕ ਸੀਜ਼ਰ ਹੈ ਔਰ ਆਈਸ ਟਿਪਿਕਲੀ ਇੱਕ ਪਾਰਟੀ ਡਰੱਗ ਹੈ ਐਂਫੈਟਾਮੀਨ ਜਿਹੜਾ ਕਲਾਸ ਆਫ ਡਰੱਗਸ ਹੈ ਉਹਦੇ ਵਿੱਚ ਆਉਂਦਾ ਅਤੇ ਇਸ ਨੂੰ ਵੀ ਅਸੀਂ ਇਸ ਤਰੀਕੇ ਤੋਂ ਇਸ ਐਂਗਲ ਤੋਂ ਪ੍ਰੂਵ ਕਰਾਂਗੇ ਕਿ ਇਹਨਾਂ ਦਾ ਐਗਜੈਕਟਲੀ ਨੈਕਸਸ ਕਿਹਨਾਂ ਨਾਲ ਸੀਗਾ ਬਟ ਜਿਵੇਂ ਅਸੀਂ ਪਹਿਲੇ ਵੀ ਨਾਈਜੀਰੀਅਨਸ ਫੜੇ ਹੈ ਔਰ ਹੁਣ ਵੀ ਜਿਵੇਂ ਨਾਈਜੀਰੀਅਨਸ ਪੰਜਾਬ ਦੇ ਵਿੱਚ ਇੱਥੇ ਨੀਲੋ ਪੁਲ 'ਤੇ ਫੜੇ ਗਏ ਹੈ ਇਟਸ ਵੈਰੀ ਕਲੀਅਰ ਕਿ ਇਹਨਾਂ ਦੇ ਵੀ ਪੰਜਾਬ ਵਿੱਚ ਕਾਫੀ ਇੱਕ ਸਟਰੋਂਗ ਸਪਲਾਈ ਨੈਟਵਰਕ ਹੋਊਗਾ ਜਿਸ ਨੂੰ ਅਸੀਂ ਅੱਗੇ ਥਰਲੀ ਪ੍ਰੂਵ ਕਰਾਂਗੇ
ਸਰ ਕੋਈ ਪੁੱਛ ਗਿੱਛ ਦੌਰਾਨ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੇ ਦੇਣੀ ਸੀ ਸਪਲਾਈ ਅਤੇ ਕਿੱਥੋਂ ਲੈ ਕੇ ਆਏ ਸੀ? ਇਸ ਗੱਲ ਨੂੰ ਜੀ ਅਜੇ ਕਲੀਅਰ ਕੀਤਾ ਜਾ ਰਿਹਾ ਹੈ, ਬਟ ਡੈਫੀਨੇਟਲੀ ਇਹ ਚੰਡੀਗੜ੍ਹ ਸਾਈਡ ਤੋਂ ਆਏ ਸੀ। ਸਾਡੀ ਐਸਟੀਮੇਸ਼ਨ ਹੈ, ਅੰਡਰਸਟੈਂਡਿੰਗ ਹੈ ਕਿ ਨਾਈਜੀਰੀਅਨ ਦੋਨੋਂ ਦਿੱਲੀ ਤੋਂ ਇਹਨਾਂ ਨੇ ਟਰੈਵਲ ਕੀਤਾ ਹੋਗਾ। ਨਾਕੇ ਦੇ ਨੇੜੇ ਹੀ ਬੱਸ ਸਟੈਂਡ ਹੈ, ਸੋ ਮੋਸਟ ਲਾਈਕਲੀ ਇਹ ਬੱਸ ਸਟੈਂਡ ਤੋਂ ਉਤਰ ਕੇ ਉਸ ਤੋਂ ਬਾਅਦ ਇਹ ਅੱਗੇ ਜਾਂਦੇ ਸੀਗੇ, ਔਰ ਡਾਇਰੈਕਟਲੀ ਜਿਵੇਂ ਆਪਣੇ ਸਾਰੇ ਮੇਜਰ ਸ਼ਹਿਰ ਅੱਗੇ ਜਾਂਦੇ ਆ। ਐਗਜੈਕਟਲੀ ਇਹਨਾਂ ਦੇ ਸਪਲਾਈ ਨੈਟਵਰਕ ਕੀ ਸੀ, ਇਹਨਾਂ ਦੇ ਕੰਟੈਕਟਸ ਕਿਹੜੇ ਸਨ, ਉਹ ਸਾਰੇ ਅੱਗੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋਣਗੇ। ਬਟ ਇਟ ਇਜ਼ ਵੈਰੀ ਕਲੀਅਰ ਜਿਹੜੀ ਸਾਡੀ ਅੰਡਰਸਟੈਂਡਿੰਗ ਹੈ ਕਿ ਇੱਕ ਮੇਜਰ ਡਰੱਗ ਸਪਲਾਈ ਨੈਟਵਰਕ ਪੰਜਾਬ ਦੇ ਵਿੱਚ ਚਲਾ ਰਹੇ ਹਾਂ, ਜਿਸ ਤਰੀਕੇ ਦੀ 1 ਕਿਲੋ ਹੈਰੋਇਨ ਔਰ 1 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ। ਸੈਕਿੰਡਲੀ, ਆਈਸ ਜਿਹੜਾ ਹੈਗਾ ਇਟਸ ਅ ਪਾਰਟੀ ਡਰੱਗ, ਔਰ ਇਹ ਟਿਪਿਕਲੀ ਹਾਈ ਸੁਸਾਇਟੀ ਦੇ ਵਿੱਚ ਜਿਹੜਾ ਹੈਗਾ ਇਸਦਾ ਇਸਤੇਮਾਲ ਪਾਇਆ ਜਾਂਦਾ ਹੈ। ਕਾਫੀ ਐਕਸਪੈਂਸਿਵ ਡਰੱਗ ਹੈ, ਤਾਂ ਇਸ ਐਂਗਲ ਤੋਂ ਵੀ ਅਸੀਂ ਪ੍ਰੂਵ ਕਰ ਰਹੇ ਹਾਂ, ਬਿਕੋਜ਼ ਇਹ ਵੀ ਇੱਕ ਸਿਗਨੀਫਿਕੈਂਟ ਐਸਪੈਕਟ ਹੈ ਇਸ ਕੇਸ ਦਾ। ਇੰਟਰਨੈਸ਼ਨਲ ਕੀਮਤ ਇਹਦੀ ਕੀ ਹੋ ਸਕਦੀ ਹੈ ਜਿਹੜੀ ਅੱਜ ਡਰੱਗ ਦੀ ਹੈਗੀ? ਇੰਟਰਨੈਸ਼ਨਲ ਸਰ, ਮਤਲਬ ਕਿ ਮੈਂ ਖੁਦ ਇਸ ਤਰੀਕੇ ਤੋਂ ਕਮੈਂਟ ਨਹੀਂ ਕਰ ਸਕਦਾ। ਆਈ ਥਿੰਕ ਤੁਸੀਂ ਬੈਟਰ ਜੱਜ ਹੋਗੇ, ਤੁਸੀਂ ਇੰਟਰਨੈਸ਼ਨਲ ਪ੍ਰਾਈਸ ਦੇ ਨਾਂ ਦੇ ਕਰ ਲਓ ਵੈਰੀਫਾਈ। ਬਟ ਡੈਫੀਨੇਟਲੀ ਜਿਹੜੀ ਆਈਸ ਹੈ ਉਸਦੀ ਮਾਰਕੀਟ ਵੈਲਿਊ ਹੀਰੋਇਨ ਤੋਂ ਵੱਧ ਹੈ।